ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਖਾਲਸਾ ਨੂੰ ਅੱਜ ਉਹਨਾਂ ਦੇ ਘਰ ਵਿੱਚ ਪੁਲਿਸ ਵੱਲੋਂ ਕੀਤਾ ਗਿਆ ਨਜ਼ਰਬੰਦ ਅੰਮ੍ਰਿਤਸਰ ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਖਾਲਸਾ ਨੇ ਅੱਜ ਗੁਰਦੁਆਰਾ ਗੁਰੂ ਅਮਰਦਾਸ ਜੀ ਅਠਵਾਲ ਪੁਲ ਤੋਂ ਇੱਕ ਖਾਲਸਾ ਵਹੀਰ ਗੁਰਦੁਆਰਾ ਬੌਲੀ ਸਾਹਿਬ ਗੋਇੰਦਵਾਲ ਸਾਹਿਬ ਤੱਕ ਕੱਢਣ ਦਾ ਐਲਾਨ ਕੀਤਾ ਸੀ ਉਹਨਾਂ ਨੂੰ ਅੱਜ ਘਰ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ ਉਹਨਾਂ ਕਿਹਾ ਹੈ ਕਿ ਪਹਿਲਾਂ ਵੀ ਅਸੀਂ ਕਈ ਵਾਰ ਵਹੀਰਾਂ ਕੱਢੀਆਂ ਹਨ ਪਰ ਕਦੇ ਵੀ ਕੋਈ ਦੇਸ਼ ਦੀ ਵਿਰੋਧਤਾ ਜਾਂ ਮਾੜਾ ਚੰਗਾ ਬੋਲਿਆ ਹੋਵੇ ਕੋਈ ਗਲਤ ਨਾਰੇਬਾਜੀ ਵੀ ਨਹੀਂ ਕੀਤੀ ਉਹਨਾਂ ਕਿਹਾ ਹੈ ਕਿ ਟਕਸਾਲ ਦਾ ਨਾਮ ਹੈ ਅਮਰਤ ਛਕੋ ਸਿੰਗਲ ਸਜੋ ਗੁਰੂ ਗ੍ਰੰਥ ਸਾਹਿਬ ਦੇ ਲੜ ਲਗੋ ਨਸ਼ਿਆਂ ਤੋਂ ਦੂਰ ਰਹੋ ਇਸ ਪ੍ਰਚਾਰ ਕਰਨ ਤੇ ਵੀ ਸਾਡੇ ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਉਹਨਾਂ ਕਿਹਾ ਹੈ ਕਿ ਫਿਰ ਵੀ ਅਸੀਂ ਕਿੱਥੇ ਜਾ ਕੇ ਪ੍ਰਚਾਰ ਕਰੀਏ ਅਸੀਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰ ਰਹੇ ਹਾਂ ਅਤੇ ਗੁਰੂ ਦੇ ਲੜ ਲਾ ਰਹੇ ਹਾਂ ਤਾਂ ਵੀ ਸਰਕਾਰ ਵੱਲੋਂ ਸਾਡੇ ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਉਹਨਾਂ ਕਿਹਾ ਹੈ ਕਿ ਸਰਾਸਰ ਕੇਂਦਰ ਸਰਕਾਰ ਉਹਨਾਂ ਸਿੱਖਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਸਰਕਾਰ ਦੇ ਸਤਾਏ ਹੋਏ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ ਪੰਜਾਬ ਤਬਾਹ ਹੋ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਪਿਆਰ ਦੇ ਨਾਲ ਕਿਹੜੇ ਦੁਨੀਆ ਦੇ ਮਸਲੇ ਜਿਹੜੇ ਹੱਲ ਨਹੀਂ ਕੀਤੇ ਜਾ ਸਕਦੇ ਜਦੋਂ ਵੀ ਅਸੀਂ ਕੋਈ ਆਪਣੀ ਮੰਗ ਰੱਖਦੇ ਹਾਂ ਤਾਂ ਸਾਨੂੰ ਅਤਵਾਦੀ ਜਾਂ ਵੱਖਵਾਦੀ ਕਿਹਾ ਜਾਂਦਾ ਹੈ ਉਹਨਾਂ ਕਿਹਾ ਹੈ ਕਿ ਹਰੇਕ ਗੱਲ ਵਿੱਚ ਵੀ ਸਾਨੂੰ ਅਤਵਾਦੀ ਕਹਿ ਕੇ ਭੰਡਿਆ ਜਾ ਰਿਹਾ ਹੈ ਉਹਨਾਂ ਕਿਹਾ ਹਿੰਦੂਸਤਾਨ ਵਿੱਚ ਅਸੀਂ ਦੇਖਦੇ ਹਾਂ ਭਗਵੇਂ ਸਾਧੂ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰ ਰਹੇ ਹਨ ਉਹਨਾਂ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਬਹੀਰ ਨੂੰ ਲੈ ਕੇ ਸੰਗਤ ਨੂੰ ਬਲਾਵਾ ਦੇ ਕੇ ਬਹੀਰ ਨਗਰ ਕੀਰਤਨ ਜ਼ਰੂਰ ਕੱਢਾਂਗੇ ਬਾਬਾ ਜੀ ਅੱਜ ਖਾਲਸਾ ਬਹੀਰ ਨੂੰ ਰੋਕਣ ਵਾਸਤੇ ਤੁਹਾਨੂੰ ਪੁਲਿਸ ਨੇ ਘਰ ਵਿੱਚ ਨਜ਼ਰਬੰਦ ਕੀਤਾ ਕੀ ਕਹਿਣਾ ਚਾਹੁੰਦੇ ਹੋ ਵੇਖੋ ਗੁਰਮਤਿ ਪ੍ਰਚਾਰ ਪ੍ਰਸਾਰ ਦਾ ਕੰਮ ਜਿਹੜਾ ਟਕਸਾਲ ਦਾ ਅਸੀਂ ਪਿਛਲੇ ਸਮੇਂ ਵਿੱਚ ਵੀ ਗੁਰਮਤਿ ਪ੍ਰਚਾਰ ਦੀ ਲਹਿਰ ਜਿਹੜੀ ਆ ਨਗਰ ਕੀਰਤਨ ਦੇ ਰੂਪ ਵਿੱਚ ਖਾਲਸਾ ਵਹੀਰ ਜਿਹੜੀ ਮੁਕਤਸਰ ਸਾਹਿਬ ਤੱਕ ਕੱਢੀ ਸੀ ਦੂਸਰੀ ਵਹੀਰ ਅਸੀਂ ਫਿਰੋਜ਼ਪੁਰ ਗੁਰਦੁਆਰਾ ਜਾਮਨੀ ਸਾਹਿਬ ਤੋਂ ਕੱਢੀ ਸੀ ਤੀਸਰੀ ਵਹੀਰ ਜਿਹੜੀ ਅਸੀਂ ਸਤਗੁਰੂ ਅਮਰਦਾਸ ਜੀ ਦੇ ਜੋਤੀ ਜੋਰ ਸਮਾਉਣ ਦੇ ਪੁਰਬ ਦੇ ਦਿਨ ਚੱਲ ਰਹੇ ਨੇ ਤੇ ਦਮਦਮਾ ਟਕਸਾਲ ਦਾ ਇੱਕ ਅਸਥਾਨ ਜੋ ਕਮਾਣਾ ਤੋਰਲੇ ਬੰਨੇ ਹੈ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜਠਵਾਲ ਪੁਰ ਦਮਦਮਾ ਟਕਸਾਲ ਉਸ ਅਸਥਾਨ ਤੋਂ ਸ੍ਰੀ ਗੋਇੰਦਵਾਲ ਸਾਹਿਬ ਵਾਸਤੇ ਇਹ ਖਾਲਸਾ ਵਹੀਰ ਜਿਹੜੀ ਮਹਾਨ ਨਗਰ ਕੀਰਤਨ ਜਿਹੜਾ ਉਹ ਕੱਢਣ ਵਾਸਤੇ ਉਪਰਾਲਾ ਕੀਤਾ ਸੀ ਸਾਨੂੰ ਨਹੀਂ ਪਤਾ ਲੱਗ ਰਿਹਾ ਕਿ ਕੀ ਵਜ੍ਹਾ ਜਿਸ ਦਿਨ ਤੋਂ ਅਸੀਂ ਐਲਾਨ ਕੀਤਾ ਸਰਕਾਰ ਬਖਲਾਟ ਕੇ ਆ ਗਈ ਸਾਨੂੰ ਕਈ ਥਾਵਾਂ ਤੋਂ ਕਈ ਗੱਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਬੜੀ ਹੈਰਾਨਗੀ ਹੋਈ ਕਿ ਕੱਲ ਸਵੇਰੇ 14 ਤਰੀਕ ਤੋਂ ਹੀ ਸਾਡੇ ਘਰ ਅੰਮ੍ਰਿਤਸਰ ਵਿੱਚ ਪੁਲਿਸ ਨੇ ਘੇਰਾਬੰਦੀ ਕੀਤੀ ਹੋਈ ਹੈ ਅੱਜ 15 ਤਰੀਕ ਨੂੰ ਜਿਹੜੀ ਵਹੀਰ ਸ਼ੁਰੂ ਕਰਨੀ ਸੀ ਉਹ ਗੁਰਦੁਆਰਾ ਠਵਾਲ ਸ੍ਰੀ ਗੁਰੂ ਅਮਰਦਾਸ ਜੀ ਦੇ ਅਸਥਾਨ ਤੇ ਵੀ ਪੁਲਿਸ ਨੇ ਘੇਰਾਬੰਦੀ ਕੀਤੀ ਹੋਈ ਹੈ ਨਗਰ ਸੰਗਰਾਮਾਂ ਵਿੱਚ ਵੀ ਔਰ ਸਵੇਰ ਤੋਂ ਹੀ ਪੁਲਿਸ ਜਿਹੜੀ ਫੇਰ ਬੂਹਾ ਮਾਲ ਕੇ ਵੇਖੀ ਹੋਈ ਹੈ ਸੋ ਜਦੋਂ ਪੁੱਛੀਦਾ ਤੇ ਕੋਈ ਸਮਝ ਨਹੀਂ ਲੱਗ ਰਹੀ ਪੀ ਇਹ ਗੁਰਮਤ ਪ੍ਰਚਾਰ ਪ੍ਰਸਾਰ ਕਰਨਾ ਸਾਡਾ ਨਿਰੋਲ ਕਰਮ ਆ ਪਿੱਛੇ ਜਿਹੜੀਆਂ ਵਹੀਰਾਂ ਸੀ ਕਢੀਆਂ ਸੀ ਕੋਈ ਵੀ ਸ਼ਿਕਾਇਤ ਨਹੀਂ ਸੀ ਪੀ ਜਾਂ ਕੋਈ ਦੇਸ਼ ਦੀ ਵਿਰੋਧਤਾ ਜਾਂ ਕੋਈ ਕਿਸੇ ਨੂੰ ਮਾੜਾ ਚੰਗਾ ਬੋਲਿਆ ਹੋਵੇ ਕੋਈ ਗਲਤ ਨਾਰੀ ਬਾਜੀ ਕੀਤੀ ਹੋਵੇ ਟਕਸਾਲ ਦਾ ਕੰਮ ਤਾਂ ਪੀ ਅੰਮ੍ਰਿਤ ਛਗੋ ਸਿੰਘ ਸਹਾਯੋਗ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਨਸ਼ਿਆਂ ਤੋਂ ਮੁਕਤ ਹੋ ਸਾਫਤ ਸੂਰਤ ਵਿੱਚ ਕਾਇਮ ਰਹੋ ਇਹ ਪ੍ਰਚਾਰ ਕਰਨ ਤੇ ਵੀ ਸਾਡੇ ਤੇ ਪਾਬੰਦੀਆਂ ਨੇ ਤੇ ਫਿਰ ਪਤਾ ਨਹੀਂ ਲੱਗ ਰਿਹਾ ਪਿਆਸੀ ਹੁਣ ਪ੍ਰਚਾਰ ਕਿੱਥੇ ਕਰੀਏ ਇਹ ਸਰਾਸਰ ਇਹ ਤਾਂ ਅਸੀਂ ਸਾਰੇ ਸਮਝਦੇ ਹਾਂ ਕਿ ਸਿੱਖਾ ਨਾਲ ਸੈਂਟਰ ਦੀ ਜਿਹੜੀ ਪਾਲਿਸੀ ਹੈ ਪੰਜਾਬ ਨੂੰ ਤਬਾਹ ਕਰਨ ਦੀ ਹੈ ਨੌਜਵਾਨਾਂ ਨੂੰ ਖਤਮ ਕਰਨ ਦੇ ਮਨਸੂਬੇ ਨੇ ਕੁਝ ਬਾਹਰ ਜਾ ਰਹੇ ਨੇ ਵਿਦੇਸ਼ਾਂ ਵਿੱਚ ਸਰਕਾਰ ਦੇ ਸਤਾਏ ਹੋਏ ਜੀ